ਸਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖੁਰਮੀ ਹਿੰਮਤਪੁਰਾ ਤੇ ਮੈਂ ਤੁਹਾਡੇ ਨਾਲ ਪੰਜ ਦਰਿਆ ਦੇ ਸਕਾਟਲੈਂਡ ਸਟੂਡੀਓ ਤੋਂ ਸਾਂਝ ਬਣਾ ਰਿਹਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਗੁਰੂ ਨਾਨਕ ਸਿੱਖ ਟੈਂਪਲ ਟੈਗੋਸਟਰੀ ਦੀ ਸਥਾਪਨਾ 1981 ਵਿੱਚ ਹੋਈ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ 40ਵਾਂ ਸਥਾਪਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਆਰੰਭੀਆਂ ਹੋਈਆਂ ਨੇ इस दिन को यादगार बनाने लिए रामगढ़िया कौंसल यूके के सहयोग नाल स्कॉटलैंड की धरती से पहली बार महाराजा जस्सा सिंह रामगढ़िया जी के जन्मदिन समर्पित मिसल डे वजों मनाउंदिया विश्व पदरी कॉन्फ्रेंस भी की जा रही है। गुरुद्वारा प्रबंधक कमेटी वालों पूरी टीम समेत चल रहे तैयारी कार्यों का जायजा लिया गया। इस समय साढ़े नाल विशेष गलबात करने लिए भुपिंदर सिंह बर्मी मीत प्रधान जसवीर सिंह जस्सी बमरा सकत्तर सरदार सोम सिंह सोम के साथी जुड़े हुए हैं। ਪਹਿਲਾਂ ਤਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਫਤਿਹ ਅਰਜ਼ ਕਰਦੇ ਹਾਂ ਜੀ। ਸੋਹਣ ਸਾਹਿਬ, ਇਸ ਤਿਆਰੀਆਂ ਸੰਬੰਧੀ ਕੀ ਕਹਿਣਾ ਚਾਹੋਗੇ ਤੇ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਦੇ ਨਾਲ ਹੀ ਪੰਜ ਦਰਿਆ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਸੰਗਤਾਂ ਨੂੰ ਪਤਾ ਹੈ ਕਿ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਗੁਰੂ ਘਰ ਦੀ 40ਵੀਂ ਸ਼ਤਾਬਦੀ ਮਨਾਈ ਜਾ ਰਹੀ ਹੈ। ਉਸ ਦੇ ਸੰਬੰਧ ਵਿੱਚ ਜਾਇਜ਼ਾ ਲੈਣ ਵਾਸਤੇ ਅੱਜ ਬਹੁਤ ਸਾਰੀਆਂ ਸੰਗਤਾਂ ਅਤੇ ਕਮੇਟੀ ਵਾਲੇ ਮੈਂਬਰ ਸੇਵਾਦਾਰ ਇੱਥੇ ਜਾਇਜ਼ਾ ਲੈਣ ਵਾਸਤੇ ਆਏ, ਜਿਸ ਦੇ ਸੰਬੰਧ ਵਿੱਚ ਬੇਨਤੀ ਹੈ ਕਿ ਇਹ ਪ੍ਰੋਗਰਾਮ ਨੂੰ ਸਾਡੇ ਵੱਲੋਂ ਅੰਤਰਰਾਸ਼ਟਰੀ ਪੱਧਰ ਦਾ ਕੀਤਾ ਜਾ ਰਿਹਾ ਹੈ, ਇੰਟਰਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੋਵੇਗਾ। ਬਹੁਤ ਵੱਡੇ ਪੱਧਰ 'ਤੇ ਤਿਆਰੀਆਂ ਹਨ ਅਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ ਹੀ ਸਕਾਟਲੈਂਡ ਵਿੱਚ ਕਦੀ ਹੋਇਆ ਹੋਵੇਗਾ। ਇੱਕ ਜੋ ਹੈ ਇਹ ਗੁਰੂ ਨਾਨਕ ਸਿੱਖ ਟੈਂਪਲ ਦੀ 40ਵੀਂ ਸ਼ਤਾਬਦੀ ਹੈ ਅਤੇ ਦੂਸਰਾ ਉਸੇ ਦਿਨ ਹੀ ਰਾਮਗੜੀਆ ਮਿਸਲ ਡੇ ਵੀ ਮਨਾਇਆ ਜਾ ਰਿਹਾ ਹੈ ਔਰ ਉਸ ਦਿਨ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਬਹੁਤ ਹੀ ਉੱਗੇ ਲੋਕ ਉੱਗੇ ਅਹੁਦਿਆਂ 'ਤੇ ਬਿਰਾਜਮਾਨ ਲੋਕ ਇੱਥੇ ਦਰਸ਼ਨ ਦੇਣਗੇ, ਜਿਨ੍ਹਾਂ ਵਿੱਚ ਇੰਡੀਅਨ ਕੌਂਸਲੇਟ ਦੇ ਮੈਂਬਰਸ, ਸਕੋਟਿਸ਼ ਗੌਰਮੈਂਟ ਦੇ ਮੈਂਬਰਸ, ਲੋਕਲ ਪਾਰਲੀਮੈਂਟ ਮੈਂਬਰਸ ਐਂਡ ਗਲਾਸਗੋ ਕੌਂਸਲ ਦੇ ਮੈਂਬਰਸ ਔਰ ਜੋ ਸਾਡੀ ਰਾਮਗੜੀਆ ਮਿਸਲ ਨੂੰ ਮਨਾਉਣ ਵਾਸਤੇ ਰਾਮਗੜੀਆ ਕੌਂਸਲ ਆਫ ਯੂਕੇ ਉਹ ਨੁਮਾਇੰਦੇ ਆ ਰਹੇ ਹਨ, 50 ਦੇ ਕਰੀਬ ਉਹਨਾਂ ਵੱਲੋਂ ਡੈਲੀਗੇਟ ਆ ਰਹੇ ਹਨ ਨਾਲ ਔਰ ਇਹ ਪ੍ਰੋਗਰਾਮ ਵਾਕਿਆ ਹੀ ਐਸਾ ਹੋਵੇਗਾ ਕਿ ਇਹਨੂੰ ਮਿਸ ਨਹੀਂ ਕੀਤਾ ਜਾ ਸਕਦਾ। ਤੋ ਸਤਿਗੁਰੂ ਦੀ ਓਟ ਦਾ ਸਦਕਾ ਅਸੀਂ ਇਸ ਨੂੰ ਨੇਪਰੇ ਚੜ੍ਹਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਇਹ ਸਾਰਾ ਜੋ ਪ੍ਰੋਗਰਾਮ ਹੈ ਇਹ ਪੰਜ ਦਰਿਆ ਵਾਲੇ ਜੋ ਸਾਡੇ ਵੀਰ ਹਨ, ਸਾਡਾ ਸਾਰਾ ਸਟਾਫ ਹੈ, ਸਾਡੇ ਮਾਣਯੋਗ ਬੱਚਿਆਂ ਵਰਗੇ ਹਨ, ਵੀਰਾਂ ਵਰਗੇ ਹਨ, ਇਹ ਸਾਰੇ ਹੀ ਇਸ ਨੂੰ ਨਿਭਾ ਰਹੇ ਹਨ ਔਰ ਇਸ ਦੀ ਰਿਕਾਰਡਿੰਗ ਵਗੈਰਾ ਜੋ ਬਹੁਤ ਸਾਰੀਆਂ ਇਹਨਾਂ ਦੇ ਸਿਰ ਅਸੀਂ ਜ਼ਿੰਮੇਵਾਰੀਆਂ ਪਾਈਆਂ ਹੋਈਆਂ ਹਨ ਔਰ ਸਾਨੂੰ ਪੂਰਨ ਯਕੀਨ ਹੈ ਕਿ ਇਹ ਵੀ ਇਸ ਬੇੜੀ ਨੂੰ ਐਨ ਕੰਢੇ 'ਤੇ ਲਾ ਕੇ ਸਾਡਾ ਜੋ ਸਾਥ ਦੇ ਰਹੇ ਹਨ ਇਹਨੂੰ ਕੰਢੇ 'ਤੇ ਲਾ ਕੇ ਕਰ ਸਾਰੇ ਕੰਮ ਨੂੰ ਸੰਪੂਰਨ ਕਰਨਗੇ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 29 ਤਰੀਕ ਅਗਸਤ ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਆਪਣੀਆਂ ਖੁਸ਼ੀਆਂ ਗੁਰੂ ਦੀਆਂ ਪ੍ਰਾਪਤ ਕਰੋ। ਇਹ ਪ੍ਰੋਗਰਾਮ ਸਵੇਰੇ 10 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਹੋਵੇਗਾ। ਸਭ ਨੂੰ ਬੇਨਤੀ ਹੈ ਕਿ ਹਾਜ਼ਰੀਆਂ ਭਰੋ ਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਐਟ ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਆਰ ਡਿਲਾਈਟਡ ਟੂ ਅਨਾਊਂਸ ਦੈਟ ਵੀ ਵਿਲ ਬੀ ਸੈਲੀਬ੍ਰੇਟਿੰਗ the Guru Nanak Sikh Temple's 40th anniversary on the 29th of August 2021. It is our humble request to all the Sangat Ji all over Scotland, England and Wales, especially Glasgow, to please contribute in this international event which will be taking place at the premises. We are also very, very delighted and very grateful for Ramgariya Council of UK for their delegates who have been confirmed are going to be present at this venue on the 29th of August. We will also be paying our respects to the Ramgariya Missile Day
And we have invited, and it has also been confirmed, that the Consulate General of India, along with members of parliaments and the members of the councils in the local area, will be present to contribute their gratefulness to the Guru Nanak Sikh Temple. And last of all, it is our humble request, and we give all the Sangat and all the contributors our best wishes on behalf of the Sangat, on behalf of the Sevadar Committee of Guru Nanak Sikh Temple, Glasgow. Waheguru Ji Ka Khalsa, Waheguru Ji Ki Fateh. ਧੰਨਵਾਦ ਜਿਨ੍ਹਾਂ ਨੇ ਸਾਡੇ ਸਟੂਡੀਓ ਰਾਹੀਂ ਸੰਗਤਾਂ ਦੇ ਮੁਖਾਤਬ ਹੋ ਕੇ ਜਾਣਕਾਰੀ ਸਾਂਝੀ ਕੀਤੀ ਹੈ। ਅਸੀਂ ਵੀ ਸਕਾਟਲੈਂਡ ਦੇ ਨਾਲ ਨਾਲ ਹੀ ਪੂਰੇ ਯੂਕੇ ਭਰ ਦੀਆਂ ਸੰਗਤਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੇ ਕਿ 29 ਅਗਸਤ ਨੂੰ ਵਿਸ਼ਵ ਪੱਧਰੀ ਕਾਨਫਰੰਸ ਦੇ ਵਿੱਚ ਪਹੁੰਚ ਰਹੇ ਵਿਦਵਾਨਾਂ ਦੇ ਵਿਚਾਰ ਸੁਣ ਕੇ ਜ਼ਰੂਰ ਅਮਲ ਕਰਨਾ ਅਤੇ ਨਾਲ ਹੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਸਮੇਤ ਪਾ ਕੇ ਸਿੱਖ ਇਤਿਹਾਸ ਦੀਆਂ ਜਿਹੜੀਆਂ ਕਹਿ ਲਓ ਕਿ ਪਰਤਾਂ ਗੀਆਂ ਉਹ ਸੁਣ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਓ।